हाय गाइस सत श्री अकाल सो वेलकम टू जीएस फूड ट्रैवल्स सो आज अपन किथे आए हां लापिनोस जो कि ਇਹ ਹੈਗਾ ਆ ਪੀਪੀਆਰ ਮੋਲ ਦੇ ਬਿਲਕੁਲ ਨਾਲ ਹੀ ਹੈਗਾ ਜਿੱਥੇ ਮੋਨਸਟਰ ਪੀਜ਼ਾ ਸਾਡੇ ਸਾਹਮਣੇ ਆ ਚੁੱਕਾ 3 ਕਿਲੋ ਦਾ ਪੀਜ਼ਾ ਯਾਰ ਕਦੀ ਦੇਖਿਆ ਨਾ ਵਾ 3 ਕਿਲੋ ਦਾ ਪੀਜ਼ਾ ਤੇ ਮਤਲਬ ਮੈਂ ਤਾਂ ਦੇਖ ਕੇ ਹੀ ਹੈਰਾਨ ਆ ਬੇਸਿਕਲੀ ਲਾਪਿਨੋ ਬ੍ਰਾਂਡ ਕਿਤਨੀ ਚੰਡੀਗੜ੍ਹ ਦਾ ਬ੍ਰਾਂਡ ਹੈ ਇਹਨਾਂ ਦੇ ਆ 300 ਪਲੱਸ ਅਬਾਊਟ 400 ਫਰੈਂਚਾਈਜ਼ ਓਪਨ ਹੋ ਚੁੱਕੀਆਂ ਇਨ ਇੰਡੀਆ ਆਲ ਓਵਰ ਦਾ ਇੰਡੀਆ ਠੀਕ ਹੈ ਤੇ ਇਹਨਾਂ ਦੀ ਸਪੈਸ਼ਲਿਟੀ ਬ੍ਰਾਂਡ ਦੀ ਇਹ ਹੈ ਲਾਪਿਨੋਸ ਦੀ ਕਿ ਅਸੀਂ ਆਪ ਦਾ ਜਿਹੜਾ ਡੋਆ ਫਰੈਸ਼ ਬਣਾਉਂਦੇ ਆ ਇਟ ਇਜ਼ ਜਿਹੜਾ ਤੁਸੀਂ ਬੋਲਦੇ ਹੋ ਕਿ ਆਪਾਂ ਆਟਾ ਗੁੰਨਦੇ ਆ ਇਟ ਇਜ਼ ਅ ਫਰੈਸ਼ ਹੈਨਾ ਤੇ ਬਾਕੀ ਉਸ ਤੋਂ ਬਾਅਦ ਤਾਂ ਜੋ ਪੀਜ਼ਾ ਟੌਪਿੰਗਸ ਆਉਂਦੀਆਂ ਆ ਉਹ ਤਾਂ ਹੈ ਹੀ ਹੈ ਫਾਰ ਡੈਜ਼ਰਟਸ ਵੀ ਹੈਵ ਚੋਕੋਲਾਵਾ ਕੇਕ ਹੈਨਾ ਕੋਲਡ ਕਾਫੀ ਵੀ ਸਰਵ ਓਰੀਓ ਸ਼ੇਕਸ ਐਂਡ ਮੈਨੀ ਮੋਰ ਵੀ ਆਰ ਐਡਿੰਗ ਇਨ ਫਿਊ ਡੇਜ਼ ਆਲਸੋ ਵੀ ਆਰ ਇਨ ਪੀ ਪੀ ਆਰ ਜਲੰਧਰ ਜਿਹੜਾ ਤੁਸੀਂ ਅੱਜ ਪੀਜ਼ਾ ਤੁਹਾਨੂੰ ਖਵਾਉਣ ਜਾ ਰਹੇ ਹਾਂ ਇਟ ਇਜ਼ ਅ ਮੋਨਸਟਰ ਪੀਜ਼ਾ ਮੋਨਸਟਰ ਪੀਜ਼ਾ ਹੈ 24 ਇੰਚਸ ਦਾ ਪੀਜ਼ਾ ਆ ਠੀਕ ਹੈ ਇਹਦੇ ਵਿੱਚ 12 ਸਲਾਈਸਿਸ ਹੁੰਦੀਆਂ ਆ ਬਿਗਰ ਸਲਾਈਸਿਸ ਤੁਸੀਂ ਇਹਨੂੰ ਆਪਦੇ ਹਿਸਾਬ ਨਾਲ ਕਸਟਮਾਈਜ਼ ਕਰਵਾ ਸਕਦੇ ਹੋ ਯੂ ਕੈਨ ਐਡ ਐਸ ਮੈਨੀ ਫਲੇਵਰਸ ਯੂ ਕੈਨ ਵੈਜ ਨਾਨ ਵੈਜ ਦੋਨਸ ਦੇ ਵਿੱਚ ਬੰਦਾ ਆ ਐਂਡ ਇਟ ਇਜ਼ ਦਾ ਬਿਗਰ ਸਾਈਜ਼ ਪੀਜ਼ਾ ਯੂ ਕੈਨ ਸੀ ਹੁਣ ਤੁਸੀਂ ਦੇਖੋਗੇ ਤਾਂ ਯੂ ਵਿਲ ਸੀ ਮਤਲਬ ਇਹ ਚੀਜ਼ ਇਦਾਂ ਕਿ ਨਾ ਅੱਖਾਂ ਦੇ ਨਾਲ ਇਦਾਂ ਲੱਗਦਾ ਮੈਂ ਸਾਰਾ ਪੀਜ਼ਾ ਖਾ ਲਾਂ ਪਰ ਖਾ ਨਹੀਂ ਹੋਣਾ ਇੰਨਾ ਪੀਜ਼ਾ ਪਤਾ ਹੀ ਹੈ ਫਿਰ ਢਿੱਡ ਵੀ ਭਰ ਆ ਜਾਊਗਾ ਬਿਲਕੁਲ ਤੇ ਮੇਰੇ ਨਾਲ ਮੇਰੇ ਸਪੈਸ਼ਲ ਗੈਸਟ ਹੈਗੇ ਨੇ ਤੇ ਅੱਜ ਮੇਰੇ ਨਾਲ ਇੰਟਰੋਡਿਊਸ ਹੋ ਰਹੇ ਮੇਰੇ ਨਾਲ ਵੀਡੀਓ ਵਿੱਚ ਸ਼ਰਦਾ ਇੰਸਟਾਗ੍ਰam ਆਪਣੀ ਕੀ ਆਈਡੀ ਐਟ ਦਾ ਬਹੁਤ ਮਿਲਾ ਮੈਂ ਇੱਕ ਫੈਸ਼ਨ ਫੂਡ ਟਰੈਵਲ ਤੇ ਕੰਟੈਂਟ ਬਲੌਗਰ ਆ ਛੋਟੇ ਪੀਜ਼ੇ ਦੇ ਵਿੱਚ ਜਿਵੇਂ 4 ਪੀਜ਼ਾ ਦਾ ਸੈਟ ਐਟ ਇਸ ਫॉर 269 ਜਿਹੜੇ ਰੈਗੂਲਰ ਪੀਜ਼ਾਸ ਹੁੰਦੇ ਆ ਹੈਨਾ ਉਸ ਤੋਂ ਬਾਅਦ ਟੌਪਿੰਗਸ ਤੁਸੀਂ ਐਡ ਕਰ ਸਕਦੇ ਹੋ ਗਾਰਲਿਕ ਬ੍ਰੈਡਸ ਨੇ ਸਟਿਕਸ ਦੇ ਫਾਰਮ ਦੇ ਵਿੱਚ ਨੇ ਗਾਰਲਿਕ ਬ੍ਰੈਡ ਵੀ 3-4 ਫਾਰਮਸ ਦੇ ਵਿੱਚ ਨੇ ਯੂ ਕੈਨ ਹੈਵ ਅ ਨਾਰਮਲ ਗਾਰਲਿਕ ਬ੍ਰੈਡ ਵਿਦ ਅਪਰ ਟੌਪਿੰਗ ਕੁਝ ਇਨ ਜੜੀਆਂ ਅੰਦਰ ਆਪਾਂ ਟੌਪਿੰਗਸ ਪਾ ਕੇ ਬਣਾਉਂਦੇ ਆ ਉਹ ਹੈ ਡੈਜ਼ਰਟ ਦੇ ਵਿੱਚ ਚੋਕੋਲਾਵਾ ਕੇਕ ਹੈ ਤੇ ਆਫਰ ਸਾਡੇ ਐਵਰੀ ਡੇ ਦੇਰ ਆਰ ਸਮ ਆਫਰਸ ਹੈਨਾ ਤੁਸੀਂ ਲਗਾਓ ਵੈਡਨਸਡੇ ਐਂਡ ਫਰਾਈਡੇ ਵੀ ਹੈਵ ਅ ਬੋਗੋ ਆਫਰ ਇੱਕ ਦੇ ਨਾਲ ਇੱਕ ਫ੍ਰੀ ਮਿਲਦਾ ਔਨ ਮੀਡੀਅਮ ਐਂਡ ਲਾਰਜ ਪੀਜ਼ਾਸ ਮਾਰਨਿੰਗ 10:30 ਤਾਂ ਸਾਡੇ ਡਾਈਨ ਇਨ ਐਂਡ ਆਨਲਾਈਨ ਆਰਡਰਸ ਜ਼ੋਮੈਟੋ ਸਵਿਗੀ ਐਂਡ ਸਾਡਾ ਆਪਣਾ ਇੱਕ ਐਪ ਹੈ ਲਾਪਿਨੋਸ ਦਾ ਨਾ ਤੇ ਤੁਸੀਂ ਉਹ ਐਪ ਤੇ ਵੀ ਜਦੋਂ ਆ ਕੇ ਤੁਸੀਂ ਅਗਰ ਉਹਨੂੰ ਡਾਊਨਲੋਡ ਕਰਦੇ ਤੁਸੀਂ ਉਹਦੇ ਤੇ ਚੈੱਕ ਕਰਦੇ ਯੂ ਵਿਲ ਗੈਟ ਮੱਚ ਮੋਰ ਆਫਰਸ ਦੇਅਰ ਫਿਰ ਸਾਡੇ ਆਪ ਦੇ ਬੰਦੇ ਡਿਲੀਵਰ ਕਰਨ ਜਾਂਦੇ ਆ ਤੇ ਮਾਰਨਿੰਗ ਇਟ ਇਜ਼ 10:30 ਤੇ ਸ਼ਾਮ ਨੂੰ 11:30 ਤੱਕ ਓਪਨ 7 ਇੰਚਸ ਦਾ ਪੀਜ਼ਾ ਹੈ ਜਿਹੜਾ ਸਭ ਤੋਂ ਸਮਾਲ ਹੈ 4 ਸਲਾਈਸਿਸ ਵਾਲਾ ਤੇ ਉਹਦਾ ਇੱਕ ਹੋਰ ਵਰਜ਼ਨ ਜਿਹੜਾ ਮੈਨੂੰ ਲੱਗਦਾ ਹੋਰ ਕਿਸੇ ਬ੍ਰਾਂਡ ਦੇ ਵਿੱਚ ਯੂ ਵਿਲ ਸੀ ਅ ਜੈਂਟ ਸਲਾਈਸ 7 ਇੰਚ ਦੀ ਇੱਕ ਸਲਾਈਸ ਹੁੰਦੀ ਹੈ ਫॉर ਅ 1 ਪਰਸਨ ਸਰਵਿੰਗ ਉਹ ਵੀ ਸਰਵ ਹੁੰਦੀ ਹੈ ਉਸ ਤੋਂ ਬਾਅਦ ਹੁੰਦਾ ਮੀਡੀਅਮ ਪੀਜ਼ਾ 2 ਬੰਦਿਆਂ ਦੇ ਖਾਣ ਲਈ ਤੁਸੀਂ ਉਸ ਤੋਂ ਬਾਅਦ ਲਾਰਜ ਲਓਗੇ ਇਦਾਂ ਹੀ ਜੈਂਟ ਹੈ ਸਾਡਾ ਉਸ ਤੋਂ ਬਾਅਦ ਮੌਨਸਟਰ ਹੈ ਮੌਨਸਟਰ ਹੈ ਉਹ 12 ਬੰਦੇ ਆਰਾਮ ਨਾਲ ਖਾ ਸਕਦੇ ਅਸੀਂ ਇਹਨਾਂ ਦਾ ਟੇਸਟ ਕੀਤਾ ਸੀਗਾ ਅਸੀਂ ਚੰਡੀਗੜ੍ਹ ਇਹਨਾਂ ਦੇ ਆਪਦੇ ਕੰਪਨੀ ਆਊਟਲੈਟਸ ਆ ਵੀ ਟੇਸਟਡ ਦੇਅਰ ਵੀ ਫਾਈਂਡ ਇਟ ਗੁੱਡ ਤਾਂ ਵੀ ਸਟਾਰਟਡ ਇਟ ਹੇਅਰ ਬਿਕਾਜ਼ ਸਾਨੂੰ ਸਭ ਤੋਂ ਜ਼ਿਆਦਾ ਇਮੇਜ ਕੀਤਾ ਸੀ ਕਿ ਇਹਨਾਂ ਦਾ ਕਿਚਨ ਇਜ਼ ਸੋ ਕਲੀਨ ਠੀਕ ਹੈ ਸਟਾਫ ਦਾ ਵਰਕਿੰਗ ਕੰਡੀਸ਼ਨਸ ਆਰ ਸੋ ਗੁੱਡ ਐਂਡ ਸੇਫਟੀ ਪ੍ਰੀਕਾਸ਼ਨਸ ਤਾਂ ਹੈ ਹੀ ਹੈ ਲਾਸਟ ਥਿੰਗ ਇਜ਼ ਕਿ ਦੇ ਮੇਕ ਦੇਅਰ ਡੋਸ ਫ੍ਰੈਸ਼ ਸਰ ਜੋ ਹਮਾਰਾ ਅਭੀ ਮੌਨਸਟਰ ਪੀਜ਼ਾ ਬਣਨਾ ਹੈ ਪਨੇਟਿਕਾ ਮਸਾਲਾ ਪਲੱਸ ਹਾਫ ਚੀਜ਼ੀ ਸੈਮਨ ਸਰ ਉਸਕਾ ਪ੍ਰਾਈਸ 1450 ਰੁਪੀਸ ਰਹੇਗਾ ਪਲੱਸ ਜੀਐਸਟੀ ਰਹੇਗਾ ਸਰ ਅਗਰ ਹਰ ਹਮਾਰਾ ਨੌਨ ਵੈਜ ਮਿਲੇਗਾ ਸਰ ਨੌਨ ਵੈਜ ਕੀ ਪ੍ਰਾਈਸ 1875 ਲਾਸਟ ਹੈ ਪਲੱਸ ਜੀਐਸਟੀ ਸਰ ਹਮਾਰੀ ਐਗਜ਼ੋਟਿਕ ਨੌਨ ਵੈਜ ਟਫੈਲੀ ਹੈ ਸਪੈਸ਼ਲੀ ਫੈਸਿਲਿਟੀ ਵੈਜਟੀ ਸਰ ਔਰ ਇਸਮੇ ਕਿਆ ਔਰ ਸਪੈਸ਼ਲ ਹੈ ਮੈਨੂ ਮੇ ਸਰ ਮੈਂ ਆਪੇ ਸਪੈਸ਼ਲ ਮੈਨੂ ਮੇ ਟੈਕੋ ਹੈ ਕੈਸਰੀ ਲਾਇਆ ਸਰ ਔਰ ਸਟਫ ਹੋ ਗਈ ਸਟਿਕ ਹੋ ਗਈ ਸਰ ਡੈਜ਼ਰਟ ਮੇ ਚੋਕੋਲਾਵਾ ਹੋ ਗਿਆ ਸਰ ਔਰ ਮੈਕਸਿਮਮ और सर हमारा जो स्पेशली न्यूली लॉन्च हुआ है सर मटन शैमी कबाब है 4 पीसेस और चिकन मीट बॉल और चिकन विंग्स 2 फ्लेवर है सर पेरी पेरी और हॉट गार्लिक ठीक है ਤੇ ਸਭ ਤੋਂ ਪਹਿਲਾਂ ਤਾਂ ਅਸੀਂ ਪੀਜ਼ਾ ਦੀ ਗੱਲ ਕੀਤੀ ਇੱਧਰ ਹੈਗਾ ਜੀ ਇਹਨਾਂ ਦਾ 7 ਚੀਜ਼ ਵਾਲਾ ਪੀਜ਼ਾ ਜਿਹਦੇ ਵਿੱਚ 7 ਤਰ੍ਹਾਂ ਦੇ ਚੀਜ਼ ਪਏ ਹੋਏ ਔਰ ਇੱਧਰ ਹੈਗਾ ਇਹਨਾਂ ਦਾ ਪੈਰੀ ਪੈਰੀ ਔਰ ਇਹਦੇ ਵਿੱਚ ਵੈਜੀਟੇਬਲਸ ਸਾਰੀਆਂ ਪਈਆਂ ਹੋਈਆਂ ਜੇ ਵੀ ਤੁਸੀਂ ਕਰਾਉਣਾ ਚਾਹੁੰਦੇ ਹੋ ਔਰ ਨੌਨ ਵੈਜ ਵਿੱਚ ਵੀ ਇੰਨਾ ਵੱਡਾ ਮੌਨਸਟਰ ਪੀਜ਼ਾ ਬਣ ਸਕਦਾ ਕਦੀ ਇਮੇਜਿਨ ਕੀਤਾ ਕਿ ਇੱਡਾ ਵੱਡਾ ਪੀਜ਼ਾ ਹੋਏਗਾ ਤੁਹਾਡੇ ਸਾਹਮਣੇ ਮਜ਼ੇਦਾਰ ਲਾਜਵਾਬ ਸ਼ਾਨਦਾਰ ਔਰ ਇੱਧਰ ਹੈਗਾ ਜੀ ਇੱਕ ਹੋਰ ਪਨੀਰ ਮੱਖਣੀ ਪੀਜ਼ਾ ਔਰ ਜ਼ਿਆਦਾ ਜਲਦੀ ਅਸੀਂ ਇਹਨੂੰ ਰਿਵਿਊ ਕਰਦੇ ਕਿਉਂਕਿ ਠੰਡਾ ਹੋ ਰਿਹਾ ਪੀਜ਼ਾ ਆਓ ਇੱਕ ਬਾਈਟ ਤੁਸੀਂ ਲਓ ਇੱਕ ਬਾਈਟ ਅਸੀਂ ਲੈਂਦੇ ਹਾਂ ਆਈ ਸਾਡੇ ਹੱਥ ਚ ਹੈਗਾ ਇੱਕ ਵਾਰ ਟੇਸਟ ਕਰਦੇ ਹਾਂ ਯਾਰ ਕਿਆ ਬਾਤ ਹੈ ਇੱਡਾ ਮਤਲਬ ਇਹ ਥੋੜਾ ਹਲੇ ਠੰਡਾ ਹੋ ਗਿਆ ਬਟ ਇਹਦਾ ਟੇਸਟ ਕਾਫੀ ਵਧੀਆ ਲਾਈਕ ਸਪਾਈਸੀ ਵੀ ਪੂਰਾ ਹੈ ਔਰ ਰੈੱਡ ਪੈਪਰਿਕਾ ਦਾ ਜੋ ਫਲੇਵਰ ਆ ਰਿਹਾ ਨਾ ਤੇ ਨਾਲ ਵਿੱਚ ਕਰ ਮੱਖਣੀ ਸੌਸ ਦਾ ਜੋ ਫਲੇਵਰ ਆ ਰਿਹਾ ਮਜ਼ੇਦਾਰ ਯਾਰ ਔਰ ਵਾਕਈ ਬਹੁਤ ਸ਼ਾਨਦਾਰ ਪਲੇਸ ਹੈਗੀ ਆ
जे विजिट करना चाहते हो PPR मॉल में तुम लापिनोस से आ सकते हो। और ये वीडियो बढ़िया लगी हुई लाइक शेयर कमेंट कर दियो, चैनल सब्सक्राइब फॉलो भी जरूर कर लियो, ठीक है। बाकी फिर बस जो तुम चीज़ चुकनी है ना इदा वह मैंने शॉर्ट जरूर चाहिए यार। ताडे वाल देख के ना मेरा भी दिल करता, मैं अपना M50 चुक के ले ही आवा। पर की ले आवा? M50 मेरे ब्रदर को पिया है उदो का, हूँ मैं सोचता मैं ले ही आवा। तुम ना जो वीडियो ये बनाने ना ये मैंने हूँ, पर हले बस ये दिक्कत है मेरा लैपटॉप पुराने वाला ना खराब हो गया। चीज़ 7 तरह से चीज़ आ चुके थे, उस बाद इन्होंने लिक्विड चीज़ भी पाता। तो आ देखो होल पीज़े की प्रेजेंटेशन लाजवाब यार, एक बार द्वार तो फिर ये आ गया जी चीज़। ओए होए मैं क्या ही बात है, मोन्स्टर पीज़े की मैं कर लुक वाकई बड़ी घेंट आ। चीज़ ही मोन्स्टर